ਹੈਲੋ ਦੋਸਤੋ, ਵੈਲਕਮ ਟੂ ਗਲੋਬਲ ਗਿਆਨ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਐਨਡੀਏ ਦੇ ਐਗਜ਼ਾਮ ਬਾਰੇ। 12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਤੁਸੀਂ ਕਿਵੇਂ ਡਿਫੈਂਸ ਸੈਕਟਰ ਜੁਆਇਨ ਕਰ ਸਕਦੇ ਹੋ। ਡਿਫੈਂਸ ਸੈਕਟਰ ਦਾ ਮਤਲਬ ਆ, ਜੇ ਤੁਹਾਡਾ ਸੁਪਨਾ ਹੈ ਆਰਮੀ ਵਿੱਚ ਜਾਣਾ, ਜੇ ਤੁਹਾਡਾ ਸੁਪਨਾ ਹੈ ਏਅਰਫੋਰਸ ਜਾਂ ਫਿਰ ਨੇਵੀ ਜੁਆਇਨ ਕਰਨਾ, ਤਾਂ ਤੁਹਾਨੂੰ ਐਨਡੀਏ ਮਤਲਬ ਕਿ ਨੈਸ਼ਨਲ ਡਿਫੈਂਸ ਅਕੈਡਮੀ ਦਾ ਐਗਜ਼ਾਮ ਪਾਸ ਕਰਨਾ ਪਊਗਾ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਐਨਡੀਏ ਐਗਜ਼ਾਮ ਦੀ ਕੰਪਲੀਟ ਇਨਫੋਰਮੇਸ਼ਨ ਪ੍ਰੋਵਾਈਡ ਕਰੂੰਗਾ, ਜਿਵੇਂ ਕਿ ਇਸ ਐਗਜ਼ਾਮ ਦੀ ਐਲੀਜੀਬਿਲਟੀ ਕੀ ਹੁੰਦੀ ਆ, ਏਜ਼ ਕਿੰਨੀ ਹੋਣੀ ਚਾਹੀਦੀ ਆ, ਐਗਜ਼ਾਮ ਦਾ ਪੈਟਰਨ ਕੀ ਹੁੰਦਾ, ਐਗਜ਼ਾਮ ਦਾ ਸਿਲੇਬਸ ਕੀ ਰਹਿੰਦਾ, ਐਨਡੀਏ ਦੇ ਲਈ ਕੀ ਫਿਜ਼ੀਕਲ ਸਟੈਂਡਰਡ ਹੋਣਾ ਚਾਹੀਦਾ, ਇਹਨਾਂ ਸਾਰੀਆਂ ਗੱਲਾਂ ਬਾਰੇ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ, ਐਨਡੀਏ ਦਾ ਐਗਜ਼ਾਮ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ UPSC ਦੁਆਰਾ ਕੰਡਕਟ ਕੀਤਾ ਜਾਂਦਾ। ਇਹ ਐਗਜ਼ਾਮ ਸਾਲ ਦੇ ਵਿੱਚ ਦੋ ਵਾਰ ਲਿਆ ਜਾਂਦਾ, NDA 1 ਅਤੇ NDA 2। NDA 1 ਅਤੇ NDA 2 ਦੇ ਨਾਮ 'ਤੇ ਹਰੇਕ ਸਾਲ ਇਸ ਦੇ ਨੋਟੀਫਿਕੇਸ਼ਨ ਰਿਲੀਜ਼ ਹੁੰਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਇਸ ਐਗਜ਼ਾਮ ਦੀ ਐਲੀਜੀਬਿਲਟੀ ਦੀ। ਇਹ ਐਗਜ਼ਾਮ ਸਿਰਫ ਅਤੇ ਸਿਰਫ ਅਨਮੈਰਿਡ ਮੇਲ ਕੈਂਡੀਡੇਟ ਹੀ ਦੇ ਸਕਦੇ ਨੇ, ਫੀਮੇਲ ਕੈਂਡੀਡੇਟ ਇਸ ਐਗਜ਼ਾਮ ਨੂੰ ਨਹੀਂ ਦੇ ਸਕਦੇ। ਫੀਮੇਲ ਕੈਂਡੀਡੇਟਸ ਲਈ ਹੋਰ ਕਈ ਰਾਸਤੇ ਨੇ ਡਿਫੈਂਸ ਸੈਕਟਰ ਜੁਆਇਨ ਕਰਨ ਦੇ, ਜੇ ਤੁਸੀਂ ਉਸ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਇਸ ਐਗਜ਼ਾਮ ਲਈ ਏਜ਼ ਲਿਮਿਟ ਬਾਰੇ। ਇਸ ਐਗਜ਼ਾਮ ਵਿੱਚ ਬੈਠਣ ਲਈ ਤੁਹਾਡੀ ਏਜ਼ 16.5 ਸਾਲ ਤੋਂ ਲੈ ਕੇ 19 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹੁਣ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਆ ਰਿਹਾ ਹੋਊਗਾ ਵੀ 12ਵੀਂ ਕਲਾਸ ਕਿਹੜੀ ਸਟਰੀਮ ਦੇ ਨਾਲ ਪਾਸ ਕੀਤੀ ਹੋਵੇ। ਤੁਸੀਂ 10+2 ਕਿਸੇ ਵੀ ਸਟਰੀਮ ਨਾਲ ਪਾਸ ਕੀਤੀ ਆ, ਤੁਸੀਂ ਇਸ ਐਗਜ਼ਾਮ ਨੂੰ ਦੇ ਸਕਦੇ ਹੋ। ਜੇ ਤੁਸੀਂ ਏਅਰਫੋਰਸ ਜਾਂ ਫਿਰ ਨੇਵੀ ਵਿੱਚ ਜਾਣਾ ਚਾਹੁੰਦੇ ਹੋ ਤਾਂ 2+2 ਤੁਸੀਂ ਫਿਜ਼ਿਕਸ ਅਤੇ ਮੈਥ ਨਾਲ ਪਾਸ ਕੀਤੀ ਹੋਵੇ। ਜੇ ਤੁਸੀਂ 2+2 ਆਰਟਸ ਜਾਂ ਫਿਰ ਕਮਰਸ ਨਾਲ ਕੀਤੀ ਆ ਤਾਂ ਤੁਸੀਂ ਸਿਰਫ ਇੰਡੀਅਨ ਆਰਮੀ ਲਈ ਐਲੀਜੀਬਲ ਹੋ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਐਗਜ਼ਾਮ ਦੇ ਪੈਟਰਨ ਅਤੇ ਐਗਜ਼ਾਮ ਦੇ ਸਿਲੇਬਸ ਬਾਰੇ। ਜੇ ਆਪਾਂ ਗੱਲ ਕਰੀਏ ਐਗਜ਼ਾਮ ਦੇ ਪੈਟਰਨ ਦੀ, ਐਗਜ਼ਾਮ 'ਚ ਪਹਿਲਾਂ ਰਿਟਨ ਐਗਜ਼ਾਮ ਹੁੰਦਾ। ਜੇ ਤੁਸੀਂ ਰਿਟਨ ਐਗਜ਼ਾਮ ਪਾਸ ਕਰਦੇ ਹੋ ਤਾਂ ਤੁਹਾਨੂੰ SSB ਇੰਟਰਵਿਊ ਲਈ ਬੁਲਾਇਆ ਜਾਂਦਾ। ਰਿਟਨ ਐਗਜ਼ਾਮ ਦੇ ਵਿੱਚ 2 ਪੇਪਰ ਹੁੰਦੇ ਆ, ਪੇਪਰ 1 ਅਤੇ ਪੇਪਰ 2। ਪੇਪਰ 1 ਦੇ ਵਿੱਚ ਮੈਥਮੈਟਿਕਸ ਦੇ ਕੁਐਸਚਨ ਪੁੱਛੇ ਜਾਂਦੇ ਆ, ਪੇਪਰ 2 ਦੇ ਵਿੱਚ ਜਨਰਲ ਅਬਿਲਿਟੀ ਟੈਸਟ ਹੁੰਦਾ। ਪੇਪਰ 2 ਦੇ ਅੱਗੇ 2 ਪਾਰਟ ਹੁੰਦੇ ਆ, ਪਾਰਟ A ਅਤੇ ਪਾਰਟ B। ਪਾਰਟ A ਦੇ ਵਿੱਚ ਇੰਗਲਿਸ਼ ਲੈਂਗੁਏਜ ਦੇ ਕੁਐਸਚਨ ਪੁੱਛੇ ਜਾਂਦੇ ਆ ਅਤੇ ਪਾਰਟ B ਦੇ ਵਿੱਚ GK ਅਤੇ ਕਰੰਟ ਅਫੇਅਰ ਦੇ ਕੁਐਸਚਨ ਪੁੱਛੇ ਜਾਂਦੇ ਆ। ਰਿਟਨ ਐਗਜ਼ਾਮ 900 ਮਾਰਕਸ ਦਾ ਹੁੰਦਾ, ਜਿਸ ਵਿੱਚ ਸਾਰੇ ਕੁਐਸਚਨ ਓਬਜੈਕਟਿਵ ਟਾਈਪ ਹੁੰਦੇ ਆ। ਰਿਟਨ ਐਗਜ਼ਾਮ ਦਾ ਕੰਪਲੀਟ ਸਿਲੇਬਸ ਦੇਖਣ ਲਈ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਇਸ ਦੀ PDF ਲੈ ਸਕਦੇ ਹੋ। ਰਿਟਨ ਐਗਜ਼ਾਮ ਤੋਂ ਬਾਅਦ ਤੁਹਾਨੂੰ SSB ਇੰਟਰਵਿਊ ਲਈ ਬੁਲਾਇਆ ਜਾਂਦਾ। SSB ਇੰਟਰਵਿਊ 2 ਸਟੇਜਾਂ ਵਿੱਚ ਲਿਆ ਜਾਂਦਾ, ਸਟੇਜ 1 ਅਤੇ ਸਟੇਜ 2। ਸਟੇਜ 1 ਦੇ ਵਿੱਚ ਆਫਿਸਰ ਇੰਟੈਲੀਜੈਂਸ ਰੇਟਿੰਗ ਟੈਸਟ ਲਿਆ ਜਾਂਦਾ, ਜਿਸ ਦੇ ਵਿੱਚ ਪਿਕਚਰ ਪਰਸੈਪਸ਼ਨ ਅਤੇ ਡਿਸਕ੍ਰਿਪਸ਼ਨ ਟੈਸਟ ਲਏ ਜਾਂਦੇ ਆ। ਸਟੇਜ 2 ਦੇ ਵਿੱਚ ਇੰਟਰਵਿਊ, ਗਰੁੱਪ ਟੈਸਟ, ਆਫਿਸਰ ਟੈਸਟ ਜਿਸ ਨੂੰ ਕਿ GTO ਟੈਸਟ ਵੀ ਬੋਲਦੇ ਆ, ਫਿਰ ਨਾਲ ਸਾਈਕੋਲੋਜੀਕਲ ਟੈਸਟ ਹੁੰਦਾ। ਇਸ ਤਰ੍ਹਾਂ ਦੇ ਹੋਰ ਵੀ ਕਈ ਟੈਸਟ ਜੋ ਇੰਟਰਵਿਊ ਦੇ ਵਿੱਚ ਲਏ ਜਾਂਦੇ ਨੇ। ਇਹਨਾਂ ਟੈਸਟਾਂ ਬਾਰੇ ਹੋਰ ਜਾਣਕਾਰੀ ਤੁਸੀਂ ਇਸ ਵੈਬਸਾਈਟ ਤੋਂ ਲੈ ਸਕਦੇ ਹੋ, joinindianarmy.nic.in, ਜਿਸਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ। ਇਹ SSB ਇੰਟਰਵਿਊ ਲਗਾਤਾਰ 5 ਦਿਨ ਚੱਲਦੀ ਆ। SSB ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਤੁਹਾਡਾ ਮੈਡੀਕਲ ਟੈਸਟ ਲਿਆ ਜਾਂਦਾ। ਹੁਣ ਅੱਗੇ ਗੱਲ ਕਰਦੇ ਹਾਂ ਫਿਜ਼ੀਕਲ ਸਟੈਂਡਰਡ ਦੀ। NDA ਦੇ ਲਈ ਕੈਂਡੀਡੇਟ ਫਿਜ਼ੀਕਲੀ ਅਤੇ ਮੈਂਟਲੀ ਫਿੱਟ ਹੋਣਾ ਚਾਹੀਦਾ। ਕੈਂਡੀਡੇਟ ਦੀ ਘੱਟੋ ਘੱਟ ਹਾਈਟ 157 ਸੈਂਟੀਮੀਟਰ ਹੋਣੀ ਚਾਹੀਦੀ ਆ। ਏਅਰਫੋਰਸ ਦੇ ਲਈ ਘੱਟੋ ਘੱਟ ਹਾਈਟ 162.5 ਸੈਂਟੀਮੀਟਰ ਹੋਣੀ ਚਾਹੀਦੀ ਆ। ਏਅਰਫੋਰਸ ਦੇ ਪਾਇਲਟ ਲਈ ਇਹ ਕੁਝ ਸਪੈਸ਼ਲ ਰਿਕੁਆਇਰਮੈਂਟ ਦਿੱਤੀ ਹੋਈ ਹੈ, ਜਿਸ ਨੂੰ ਤੁਸੀਂ ਦੇਖ ਸਕਦੇ ਹੋ। ਦੋਸਤੋ, ਇਹ ਹੁੰਦਾ NDA ਦਾ ਕੰਪਲੀਟ ਪ੍ਰੋਸੀਜਰ। ਜੋ ਵੀ ਸਟੂਡੈਂਟ 10ਵੀਂ 11ਵੀਂ 12ਵੀਂ ਕਲਾਸ ਵਿੱਚ ਪੜ੍ਹਦੇ ਨੇ ਉਹ ਇਸ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਸਕਦੇ ਨੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਕਿਸੇ ਨੂੰ NDA ਐਗਜ਼ਾਮ ਦੀ ਜਾਣਕਾਰੀ ਹੋ ਸਕੇ। ਜੇ ਤੁਹਾਡਾ ਕੋਈ ਵੀ ਕੁਐਸਚਨ ਜਾਂ ਫਿਰ ਕੋਈ ਵੀ ਕੁਐਰੀ ਆ, ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।